सतनाम वाहिगुरु साहिब जीओ। महला पहला मानस खाने करह निवास, छुरी वगायन तिन गल ताज, तिन कर ब्रह्मण पूरे नाथ, ओना भे आवे ओई साध। मानस खाने करें निवाज, छुरी बगाइन तिन गल ताग, तिन कर ब्रह्मण पूरे नाद, उना भी आवे ओई साद। कूड़ी रास कूड़ा वापार, कूड़ बोल करें आहार, शर्म धर्म का डेरा दूर, नानक कूड़ रहा भरपूर। मथा टिका तेर तोती कखाई, हाथ छुरी जगत का साई, नील वस्त्र पहर होवे परवान, मलेच्छ तान ले पूजे पुराण। भाख्या का कुठा बकरा खाना, चौंके ऊपर किसै न जाना, देखा चौंका कड्डी कार, ऊपर आए बैठे कूड़िया। मत पिटै वे मत पिटै, यह अन्न साडा फिटै, तन फिटै फेड़ करें, मन झूठै चुली भरे। कहो नानक सच त्याई, सुच होवै तां सच पाइयै। कहो नानक सच त्याई, सुच होवै तां सच पाइयै। वाहिगुरु जी का खालसा, वाहिगुरु जी की फतेह। परम सत्कारी योग जुग जुग अटल, गुरुगद्दी ते सुभाईमान सर्ब सांझी वालसा दे रहिबर, बाणी गुरु गुरु है बाणी, विच बाणी अमृत सारे। गुर बाणी कहै सेवक जन मानै, प्रतख गुरु निस्तारे। शब्द गुरु धन धन साहिब श्री गुरु ग्रंथ साहिब जी महाराज, पातशाह जी दे पावन चरणा अंदर सुशोभित होई बैठी गुरु सवारी सतसंगी जनो, विडभागे हो अमृतमयी बाणी दा रस पिंदा कीर्तन। गुरु के कीर्तनीय भाई मेजर सिंह जी होरां दे जथे पासों आप बड़े ही प्यार अदब सहित सरवण कर रहे सी। अमृतमयी बाणी दे कीर्तन उपरंत रोजाना दी तरह चल रही लड़ीवार आसा की वार दी विचार दे नाल सांझ पाईए। आप सब माई भाई मना गुरु चरणा विच एकाग्रत करो, सुरतियां नूं गुरु शब्द नाल जोड़ो, बड़े ही प्यार अदब सहित रसनी आवाज विच उचारण करो जी। सतनाम श्री वाहे गुरु जी। संत श्री गुरु नानक देव जी महाराज पातशाह जी दे पावन मुखारजन तों उचारण, आसा की वार की सोलवी पौड़ी की विचार चल रही है, जिसके तहत पहले श्लोक की छंत की विचार आप कल सरवण कर चुके हो। दूसरे श्लोक से पौड़ी की विचार आरंभ है। सतगुरु पातशाह जी ने कल एक मेहरामत की कि इस हिंदुस्तान देश के अंदर जदों इस्लामिक हुकूमत हुई
ਤੇ ਸੁਭਾਵਕ ਅਹਿਲਕਾਰ ਅਧਿਕਾਰੀ ਜਿਹੜੇ ਨੇ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੀ ਨੇ, ਜਿਨ੍ਹਾਂ ਨੂੰ ਆਪਣੇ ਹਾਕਮਾਂ ਦਾ ਕਹਿਣਾ ਮੰਨਣਾ ਪੈਂਦਾ ਹੈ। ਇਸਲਾਮ ਮਤ ਨੇ ਹਿੰਦੂ ਮਤ ਦੇ ਲੋਕਾਂ ਨੂੰ ਜ਼ਲੀਲ ਕਰਨ ਦੇ ਲਈ ਬ੍ਰਾਹਮਣ ਉੱਪਰ ਟੈਕਸ ਲਾਇਆ, ਗਾਂ ਉੱਪਰ ਟੈਕਸ ਲਾਇਆ, ਹਿੰਦੂ ਧਰਮ ਦੇ ਮੇਲਿਆਂ ਦੇ ਉੱਪਰ ਟੈਕਸ ਲਾਇਆ, ਉਹਨਾਂ ਦੇ ਮੰਦਰਾਂ ਤੇ ਉਹਨਾਂ ਦੀਆਂ ਮੂਰਤੀਆਂ ਦੇ ਉੱਪਰ ਟੈਕਸ ਲਾਇਆ। ਉਸ ਟੈਕਸ ਨੂੰ ਉਗਰਾਉਣ ਵਾਲੇ ਹਿੰਦੂ ਅਹਿਲਕਾਰ ਨੇ ਜਿਹੜੇ ਇੱਕ ਪਾਸੇ ਬ੍ਰਾਹਮਣ ਤੇ ਗਾਂ ਨੂੰ ਬਗੈਰ ਟੈਕਸ ਲਈ ਜਾਣ ਨਹੀਂ ਦਿੰਦੇ, ਦੂਸਰੇ ਪਾਸੇ ਉਸੇ ਦੇ ਗੋਬਰ ਦੇ ਗੋਤ ਗਊ ਦੇ ਗੋਬਰ ਦੇ ਨਾਲ ਆਪਣੇ ਆਪ ਨੂੰ ਆਪਣੇ ਘਰ ਨੂੰ ਸੁੱਚਾ ਕਰਦੇ ਨੇ। ਔਰ ਉਹੀ ਲੋਕ ਬਾਹਰੋਂ ਦਿਖਾਵੇ ਵਜੋਂ ਇਸਲਾਮਿਕ ਮਤ ਦੇ ਕਰਮ ਕਰਦੇ ਨੇ, ਪਰ ਅੰਦਰ ਲੁਕ ਲੁਕ ਕੇ ਆਪਣੀ ਪਾਠ ਪੂਜਾ ਕਰਦੇ ਨੇ। ਸਤਿਗੁਰੂ ਨੇ ਕਾਲੇ ਬਚਨ ਕੀਤਾ ਸੀ, ਗਊ ਬ੍ਰਾਹਮਣ ਕਹੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾ ਖਾਈ, ਅੰਤਰ ਪੂਜਾ ਪੜੇ ਕਤੇਬਾਂ ਸੰਜਮ ਤੁਰਕਾ ਪਾਈ। ਅੰਦਰ ਲੁਕ ਕੇ ਪੂਜਾ ਕਰਦੇ ਹੋ, ਬਾਹਰ ਮਰਿਆਦਾ ਜਿਹੜੀ ਤੁਰਕਾ ਵਾਲੀ ਹੈ ਬਾਹਰੋਂ ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹਦੇ ਹੋ। ਕਹਿਣ ਲੱਗੇ ਛੋਟੀ ਲੈ ਪਖੰਡਾ, ਨਾਮ ਲੈ ਜਾਏ ਧਰਮ ਦਾ, ਇਹ ਵੀਰ ਛੱਡ ਦੇ ਸਿਰ ਪਖੰਡ ਨੂੰ, ਦੋਹਰੀ ਜ਼ਿੰਦਗੀ ਜੀਣ ਨੂੰ ਛੱਡ ਦੇ, ਕਿਉਂਕਿ ਜਿਹੜਾ ਧਰਮੀ ਹੁੰਦਾ, ਧਰਮੀ ਬੰਦਾ ਕਿਸੇ ਜ਼ਾਲਮ ਦੇ ਜ਼ੁਲਮ ਨੂੰ ਸਿਰ ਤੇ ਪ੍ਰਵਾਹ ਨਹੀਂ ਕਰਦਾ, ਉਹਦੇ ਅੰਦਰ ਨਿਰਭੈਤਾ ਪੈਦਾ ਹੋ ਜਾਂਦੀ ਹੈ। ਅਗਲੀ ਜਿਹੜੀ ਗੱਲ ਸਤਿਗੁਰੂ ਪਾਤਸ਼ਾਹ ਨੇ ਕਹੀ ਅਗਲੇ ਸ਼ਲੋਕ ਵਿੱਚ, ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲਤਾ। ਕਹਿੰਦਾ ਕਿ ਮੁਸਲਿਮ ਵੀਰ ਉਹ ਨਮਾਜ਼ਾਂ ਅਦਾ ਕਰਦੇ ਨੇ, ਬਾਹਰੋਂ ਤੇ ਖੁਦਾ ਦੀ ਇਬਾਦਤ ਵਿੱਚ ਜੁੜੇ ਨੇ, ਪਰ ਹੈ ਉਹ ਮਾਨਸ ਖਾਣੇ। ਕਿਤੇ ਨਮਾਜ਼ ਅਦਾ ਕਰਨ ਤੋਂ ਪਹਿਲਾਂ ਬਸਤਰਾਂ ਦੇ ਉੱਪਰ ਜਰਾ ਕੁ ਜਿੰਨਾ ਖੂਨ ਦਾ ਲਹੂ ਦਾ ਦਾਗ ਲੱਗ ਜਾਏ, ਬਸਤਰ ਬਦਲ ਕੇ ਨਵੇਂ ਬਸਤਰ ਪਹਿਨ ਕੇ ਨਮਾਜ਼ ਅਦਾ ਕਰਦੇ ਨੇ ਕਿ ਬਸਤਰ ਮੈਲੇ ਹੋ ਗਏ ਨੇ। ਪਰ ਗਰੀਬ ਲੋਕਾਂ ਦਾ, ਜਨਤਾ ਦਾ ਖੂਨ ਚੂਸ ਚੂਸ ਪੀਤਾ, ਕਹਿਣ ਲੱਗੀ ਉਹ ਕਦੀ ਯਾਦ ਨਾ ਆਇਆ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਜੇ ਰੱਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ ਤਿੰਨ ਕਿਉਂ ਮਨਚੀਤ। ਬਾਹਰੋਂ ਤੋਂ ਬਸਤਰਾਂ ਤੇ ਦਾਗ ਲੱਗ ਜਾਏ ਲਾ ਦਿੰਦੇ ਤਾਂ ਖੁਦਾ ਦੀ ਇਬਾਦਤ ਕਰਦੇ, ਪਰ ਜਦੋਂ ਕਿਸੇ ਗਰੀਬ ਦਾ ਹੱਕ ਖਾ ਲੈਂਦੇ, ਕਿਸੇ ਗਰੀਬ ਦਾ ਖੂਨ ਪੀ ਲੈਂਦਾ, ਉਦੋਂ ਤੈਨੂੰ ਕਦੀ ਵੀ ਇਬਾਦਤ ਖੁਦਾ ਦੀ ਇਬਾਦਤ ਵੇਲੇ ਤੈਨੂੰ ਉਹ ਸੁੱਚਤਾ ਯਾਦ ਨਹੀਂ ਆਉਂਦੀ ਜਿਹੜੀ ਅੰਦਰ ਦੀ ਹੈ। ਬਾਹਰੋਂ ਮਾਨਸ ਖਾਣੇ, ਮਾਨਸ ਖਾਣੇ ਦਾ ਭਾਵ ਗਰੀਬ ਮਨੁੱਖਾਂ ਦੇ ਹੱਕ ਖਾਂਦਾ, ਵੱਟੀ ਖਾਂਦਾ, ਰਿਸ਼ਵਤ ਖਾਂਦਾ, ਗਰੀਬ ਜਨਤਾ ਦਾ ਖੂਨ ਨਚੋੜ ਕੇ ਪੀਂਦਾ। ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲਤਾਬ। ਜਿਹੜੇ ਅੱਗੋਂ ਉਹਨਾਂ ਦੇ ਅਹਿਲਕਾਰ ਨੇ, ਉਹ ਖੱਤਰੀ ਆਦਿਕ ਨੇ, ਹਿੰਦੂ ਨੇ, ਉਹਨਾਂ ਨੇ ਗਲਾਂ ਚ ਧਾਗੇ ਪਾਏ ਹੋਏ ਨੇ, ਕਹਿਣ ਲੱਗੇ ਉਹ ਵੀ ਛੁਰੀਆਂ ਚਲਾਉਂਦੇ ਨੇ, ਉਹ ਵੀ ਗਰੀਬ ਜਨਤਾ ਤੇ ਜ਼ੁਲਮ ਕਰਦੇ ਨੇ, ਆਪਣੇ ਹਾਕਮਾਂ ਦੇ ਕਹਿਣੇ ਵਿੱਚ ਆ ਕੇ ਉਹ ਵੀ ਜ਼ੁਲਮ ਕਰਦੇ ਨੇ ਗਰੀਬਾਂ ਉੱਪਰ, ਜਿਨ੍ਹਾਂ ਨੇ ਗਲ ਧਾਗੇ ਪਾਏ ਨੇ, ਜਨੇਊ ਪਾਏ ਨੇ। ਛੁਰੀ ਵਗਾਇਨ ਤਿੰਨ ਗਲਤਾਲ, ਛੁਰੀ ਵਗਾਇਨ ਮੈਨੇ ਜ਼ੁਲਮ ਕਰਦੇ ਨੇ, ਛੁਰੀਆਂ ਚਲਾਉਂਦੇ ਨੇ। ਇਹ ਹੋ ਸਕਦਾ ਕਿ ਜ਼ਬਾਨ ਮਿੱਠੀ ਹੋਵੇ ਪਰ ਅੰਦਰ ਛੁਰੀ ਹੋਵੇ। ਫਰੀਦਾ ਕੰਨ ਮੁਸੱਲਾ, ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿੱਤਾ ਚਾਨਣਾ, ਦਿਲ ਅੰਧਿਆਰੀ ਰਾਤ। ਦਿਲ ਕਾਤੀ ਵੀ ਹੋ ਸਕਦੀ ਹੈ, ਦਿਲ ਕੈਂਚੀ ਵੀ ਹੋ ਸਕਦੀ ਹੈ, ਜ਼ਬਾਨ ਮਿਠਾਸ ਵਾਲੀ ਹੋ ਸਕਦੀ ਹੈ। ਕਹਿਣ ਲੱਗੇ ਉਹ ਜਿਹੜੇ ਅਹਿਲਕਾਰ ਨੇ ਹੈਨ ਖੱਤਰੀ, ਪਰ ਛੁਰੀ ਵਗਾਇਨ, ਉਹ ਛੁਰੀਆਂ ਚਲਾਉਂਦੇ ਨੇ, ਗਰੀਬ ਜਨਤਾ ਦਾ ਹੱਕ ਖੋਹਦੇ ਨੇ, ਨੋਚਦੇ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦੋ ਤਿੰਨ ਉਦਾਹਰਣਾਂ ਦਿੱਤੀਆਂ। ਕਹਿ ਲੱਗੇ ਕਈ ਵਾਰੀ ਸ਼ਿਕਾਰੀ ਇੱਕ ਹਿਰਨ ਨੂੰ ਐਨ ਟ੍ਰੇਨ ਕਰ ਦਿੰਦਾ, ਸਿਖਾਉਂਦਾ ਹੈ, ਹਿਰਨ ਨੂੰ ਪਾਲਤੂ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਸਿਖਾ ਕੇ ਜੰਗਲ ਵਿੱਚ ਛੱਡ ਦਿੰਦਾ। ਉਹ ਸਿਖਾਇਆ ਹੋਇਆ ਹਿਰਨ ਆਪਣੇ ਨਾਲ ਹੋਰ ਹਿਰਨਾਂ ਨੂੰ ਲੈ ਕੇ ਜਦੋਂ ਵਾਪਸ ਆਉਂਦਾ ਤੇ ਬਾਕੀ ਦੇ ਹਿਰਨ ਵੀ ਜਾਲ 'ਚ ਫਸ ਜਾਂਦੇ ਨੇ। ਸ਼ਿਕਾਰੀ ਦਾ ਸਿਖਾਇਆ ਹੋਇਆ ਬਾਜ਼ ਜਦੋਂ ਹਵਾ 'ਚ ਉਡਾਰੀਆਂ ਮਾਰਦਾ ਹੈ, ਆਪਣੇ ਨਾਲ ਹੋਰ ਵੀ ਬਾਜ਼ਾਂ ਪੰਛੀਆਂ ਨੂੰ ਲੈ ਆਉਂਦਾ ਤੇ ਉਹ ਸਾਰੇ ਪੰਛੀ ਸ਼ਿਕਾਰੀ ਦੇ ਜਾਲ 'ਚ ਫਸ ਜਾਂਦੇ ਨੇ। ਸਿਖਾਏ ਹੋਏ ਹਿਰਨ ਨੇ ਹੋਰ ਹਿਰਨ ਫਸਾ ਦਿੱਤੇ,
सिखाए हुए बाजा ने होर बाज पंछी फसा दते। कहन लगे इन्हां बादशाहां दे जिहड़े सिकदार ने एडे सिखाए हुए ने, इन्हां ने अपने ही भरावां दा हक मारना शुरू कर दिता, खून नचोड़न लग पए। हरणा बाजा तै सिकदारा इन्हां पढ़िया नाओ फांदी लगी जात फाइन अगे नाही थाओ। कि आप ते सिखाए हुए ने पर अपनी जात नाल फसांदे ने, अपनी बरादरी नूं भी फसांदे ने। सो पढ़िया सो पंडित बिना जिनी कमाणा नाओ पहलों दे जड़ अंदर जमे, पहलों दे जड़ अंदर जमे ता उपर होवे छाओ। ते इस तो अगली गल कहन लगे राजे शीं मुकदम कुत्ते जाए जगाएन बैठे सुते। राजे ते शेरां दा रूप धार के गरीब जनता दा मास नोचदे ने। जिहड़े अगो इन्हां दे सिकदार अहलकार आदिक ने कह लगे उह गरीब जनता दा दुल्लिया रस उह भी चट के पी जांदे ने, अपने नौकर मार मार के जख्म दिंदे ने। राजे शीं मुकदम कुत्ते जाए जगाएन बैठे सुते, चाकर नहिंदा पाए नकाओ रत पित कुत्त्यो चट जाए। यह हालत है छुरी वगाए ना। कह लगे जिहड़े खत्री छुरी चलांदे ने ना अपनी भरावां दे उपर, उन्होंने भी गला च जनेऊ पहने हुए ने, धागे पाए हुए ने, छुरी वगाए ने। तीन गल ताग तीन कर ब्राह्मण पूरे नाग, जिहड़े ब्राह्मण ने कह लगे उन्हें खतरियां दे घर जाके नाद पूजते ने, शंख बजाते ने, उन्होंने घरों जाके पदार्थ मंगते ने, उन्होंने घर जा पूजा पाठ करते ने। उन्हें खतरियां अहलकारा के घर कह लगे, फिर उन्हें खतरियां अहलकारा के घर ब्राह्मण भी जाते, तीन घर ब्राह्मण पूरे नाल उन्हां दी आवे। उही साध जिहड़ा गरीब जनता दा मास नोच खून पी के स्वाद लिया खत्री अहलकार ने, उहदे घरों जिहड़ा पदार्थ लैके ब्राह्मण वीर आया, कह लगे उस ब्राह्मण ने भी उही स्वाद चख लिया, उस स्वाद नूं भी चखण लग पिया। जिथे अहलकार ने गरीब दा हक मारिया, घर धन लैके आंदा, ब्राह्मण उसके घर पूजा पाठ करन गया, वह धन ब्राह्मण अपने घर लै आया। जिहड़ा स्वाद गरीब का मजलूम का खून का सी, जिहड़ा स्वाद अहलकार के मूंह नूं लग्या, उही कहन लगे ब्राह्मण के मूंह नूं भी लग गया। मलिक भागो ही कुछ ते करदा सी, किरत मलिक भागो की भी है, पर सतगुरु गुरु नानक साहब कहन लगे ऐ मलिक भागो भावे तू बड़े दान पुन भंडारे करद पर गरीब का हक मार के खून निचोड़ उन्होंने, इस करके तेरी किरत परवाह नहीं, तेरी किरत गलत है। खतरिया अहलकारा की किरत गलत है। उस किरत के जोड़ा पदार्थ ब्राह्मण अपने घर लैके आंदा है, कह लगे उन्होंने भी यहोजा स्वाद मिल जाता है। सतगुरु जी के वचन कह लगे यदि जिंदगी यहोजी होगी, छुरी बगाए तीन गल ताग तीन कर ब्राह्मण पूरे नाल उन्होंने आवे उई साध, कूड़ी रास कूड़ा व्यापार, झूठ की रास झूठ का ही व्यापार, कूड़ बोल करह आहार। कहने झूठ बोल कई आहार किया, खुराक खाधी, कूड़ का ही व्यापार होया, कूड़ का ही ये घर कूड़ की कमाई आई, तो कूड़ की कमाई ने जीवन में भी कूड़ कर दिता। यही कारण गुरु को हदायत है सिख की किरत सच्ची हो सू मी कूड़ी ना हो, यह ना हो अपनी शराब की दुकान पाई हो, नशे दुनिया को बेचता हो, भावे लत कही जाए भी मैं नहीं हाथ लाता, जब मैं भी नशे करता, मेरा तो धंधा है, मेरा तो व्यापार है। तो जिस व्यापारी का व्यापार होगा ना नशे बेचना, वो ये भी चाहेगा मेरा कारोबार वधे, वो ये चाहेगा मेरा व्यापार वधे। जिहड़ा नशे बेचते हो सकता है कल वो सिख गुरुद्वारे या ग्रंथी तो अरदास भी करावे, ग्रंथी जिहड़ा है वो मजबूर है, उन्होंने पता है जे अरदास ना की प्रबंधकों ने मैंने उत्थे रखना नहीं, उन्होंने करनी पैंदी है। अरदास मंग यही मंगनी पेगी ना भी कारोबार से वाधा हो, वाधा किवें होएगा कि जिहड़ा एक बोतल पींदा दो पीनी शुरू कर दे, ताई वाधा होएगा ना उसके कारोबार च, जिहड़ा नहीं पींदा वह पीण लग जाए। वो सिखा अमृत के दाते को तू नशे की मंग करना है, तेरी किरत कूड़ी हो गई, कूड़ का व्यापार हो गया, झूठ का तेरा सौदा हो गया, ते झूठ के व्यापार के कूड़ के व्यापार कूड़ ही पैदा होंगे। मलिक भागो की किरत भी कूड़ी सी, उसकी कूड़ी किरत के गरीब लोगों का खून भरिया होया, वह व्यापार कूड़ा है। गुरु ने कभी भी प्रबंध नहीं किया मलिक भागो,
जिन्ना चिर उसकी कूड़ की रात से बिल्कुल प्रवाह नहीं किया। हाँ जिस दिन उन्हें वचन लिया सत की रात का उस दिन प्रबंध चढ़िया। अज के वचन सतगुरां दे कह लगे खत्री अहंकार जेड़े ने वह गरीब जनता की गलत छुरियां चलाते ने उन्हों का हक मारते ने हक मार के जिहड़ा घर धन लैके आता ब्राह्मण ने उन्हां खत्रियां दे घर पूजा पाठ करके उही धन अपने घर ले आंदा झूठ का व्यापार जिहड़ा होर अगे चल पिया जिहड़ा स्वाद गरीब के खून का खत्री अहंकार मानते रहे हुण ब्राह्मण भी मानी जाते हैं हुण उहदी जिंदगी विच वी उह स्वाद आ गया। तीन घर ब्रह्मण पूरे नाथ उन्हें भी आवे उही साध कूड़ी रात कूड़ा व्यापार कूड़ बोल कहें आहार कह लगे झूठ बोल के आहार कर दे कूड़ दे भोजन हो गया शर्म धर्म का डेरा दूर ना ते दुनियावी तौर से शर्म रही ना रब वलों धर्म रहा दोनों चीजा गवाच गई समाजिक तौर से भी शर्म हया ना रही अपने साथी का अपने भरा का हक मार मार के खून पींदा रहा ते धार्मिक तौर पर रब वालों भी झूठा पै गया शर्म धर्म दोए छप खलोए दोनों खत्म हो गए हिंदुस्तान के कह लगे उस नगरी में दोनों चीजा चलिया गई शर्म धर्म का डेरा दूर नानक कूड़ रहा भरपूर हे नानक कहे हुण झूठ ही चारे पासे फैलिया हो झूठ का ही पसारा है। एक पासे खत्री अहंकार ने छुरी फड़ी हुई है छुरी वगाए ने तीन गल ताग वो गल जने और छुरी हाथ फड़ी है कह लगे कल खत्री ने छुरी नहीं फड़ी हुई ब्राह्मण ने भी छुरी फड़ी हुई है वो हाथ भी है मत्था टिक्का तेड़ धोती कखाई हाथ छुरी जगत कसाई कह लगे ब्राह्मण ने भी हाथ छुरी फड़ी है हालां धर्मी होने का दुनिया सामने दावा करता है मत्थे ते तिलक भी लगाया हुआ है धोती भी उन्हें तेड़ जिहड़ी कखाई मैंने गेरुए रंग की दम पाई हुई है गेरुए रंग की धोती भी है मत्थे ते तिलक भी है लोग बाहरों देखना आखते हैं बड़ा बड़ा धर्मी है सतगुरु कह लगे जो मैं देखना मैं कसाई लगता नजर आता है और पूरे जगत का कसाई है सारी दुनिया के उपर छुरी चला रहे हैं मत्था टिका तेड़ धोती कखाई हाथ छुरी जगत का साई कह लगे जगत न कौन वाला है यह हाथ छुरी फड़ी हुई है पूछे हाथ केड़ी छुरी फड़ी गुरु नानक साहब ने बाणी च वचन किया कह लगे जी पत्री है ना पत्री की छुरी है किसी गरीब जजमान के घर जाता पत्री खोल के बह जाता है तो पत्री खोल के आखता बस मैं मंत्र पढ़े इन्ना दानपुर मैं दे दियो तेरे घर रोटी पके ना पके मेरे घर पकनी चाहिए है किसी गरीब का हक मार के ले आता है किसी गरीब के रोंदे भुखे बच्चों को छड़ के आ जाता है उसका हक खो के ले आता है गरीब जजमान के घर जाके धोती बिछा के उपर बैठ गया धोती खोल बिछाए हेठ गर्द पवांगू लाहे पेट बिन करतूती मुक्त ना पाई है मुक्त पदार्थ नाम त्याई है। इस तो अगली गल कह लगे पूजा वरत तिलक इशनाना छुरी हाट काढ ले वह हाथ दाना कह लगे ने छुरी कढ़ के दान ले लिया हाथ छुरी फड़ी केड़ी पत्री रूपी पत्री खोल के बह जाता है चंगे मंदे दिनों की विचार लेके बह जाता है मंत्र जंतर लेके बह जाता है छुरी काढ ले वह हाथ दाना देद पढ़े मुख मीठी बाणी जबान तो ऐ मिठे बोल बोलता धर्म के ज्ञान के ग्रंथा दे वेद पढ़े मुख मीठी बाणी जिया कोहत ना संगै प्राणी पर जीवन कोंदिया जरा ही शर्म नहीं बनता जीवन कोंदिया जरा ही लाज नहीं आती दिल करती गुड़ बात जबान से मिठे बोल ने अंदर कैंचियां चल दिया ने वेद पढ़े मुख मीठी बाणी जी हाँ कुहत ना संगया प्राणी कह लगे इन्हें भी हाथ पत्री रूपी छुरी फड़ी है जिथे भी जाता है उसे गरीब का हक मार के घर ले आता है मत्था टिका तेड़ धोती कखाई हाथ छुरी जगत का साई नील वस्त्र पहनू हुए प्रमाण ते ए हिंदू वीर कह लगे नीले वस्त्र पहन के वड्डे अपने हाकमा मुसलमान हाकमा सामने जाके प्रवान चढ़ते हैं इतिहास अपने आप दोहराता है असं उन्होंने की कहने अज साड़ी हालत यह है अज साडे आगू कहन असी सिख हाँ कहन असी गुरु नानक के धर्म को मनण वाले हाँ पर जिथे वोटा का मसला खड़ा हो जाए जिथे कुर्सियां का मसला खड़ा हो जाए ना
उत्थे फिर उन्हां हाकमां दे सामने जाके भी लेट जांदे ने, उत्थे उन्हां हाकमां दी चमचागिरी करनी शुरू कर दिंदे ने। इत्थों तक पंजाब दे हक बगैर किसी शब्द दे उन्हां दी झोली च पा दित्ते जांदे ने, पंजाब दी चीज़ां उन्हां दी झोली पा दित्तियां जांदियां ने, क्योंकि हाकम दूसरे धर्म दे ने। कभी हिंदू नाल इह कुछ हुंदा रिहा, अज सिख नाल इह कुछ हो रिहा। कभी हिंदू ब्राह्मण ते खत्री मुसलमान हाकमां नूं खुश करन वास्ते उन्हां दे धर्म नूं अपनांदे रहे, उन्हां दे काम करदे रहे। अज सिखां दी आगूआं दी साडी हालत इह है, अज असीं भी इही कुछ करन लग पए आ। अंदर लुक के असीं सिखी नूं कमाना चाहुंदे आ, पर उन्हां हाकमां दे सामणे असीं उन्हां दे धर्म मुताबक चलदे आ। कोई मूर्तियां नूं पूजी चला जांदा है, कोई शिवलिंग दे उपर लस्सी चढ़ाई चला जांदा है, कोई किसे भंडारे किसे सौदे साध दे पैरां दे मत्थे टेकी जांदा है, कुर्सियां की खातर वोटां की खातर, ताकि उन्होंने हाकमां नूं खुश किया जा सके। असीं भी तुहाडे वांगू चल रहे हैं, कोई रमैणा दे पाठ करा रहे हैं, ते कोई अनेकां देवियां दे झंडे घरां ते झुला रहे हैं। सानूं सब नूं पता है ये कुछ हो रहा है। अज उही इतिहास नूं फिर दोहराया जा रहा है। ओ सिखा, अज तेरे घर विच ये गल्लां आ गईआं जिहड़ियां कदी बाहरले घर विच सन। गुरु नानक साहब ने रोकियां, पखंड नूं खत्म किया, अज ओह गल्लां तेरी अपनी जिंदगी च आ रही ने, अजो कुछ साड़ी जिंदगी विच आउणा शुरू हो गया। नील बस्त्र पहन हो मैं प्रमाण, कल के हिंदू वीर जिहड़े ने नीले बस्त्र पहन के मुसलमान हाकमां सामने जाके प्रवान चढ़दे ने, वह हाकम गल ही तां सुणदे ने जे कोई नीले बस्त्र इस्लामिक मत का रंग पहन के आवे। मलेच धान ले पूजा प्राण, जिन्हों मलेच आखते ने मैली बिरती वाले ने लोग, कह लगे उन्हां दे सामने जाके उन्हां दा धन खांदे ने, उन्हां दे दित्ते पदार्थ खांदे ने, घर विच जाके पुराणा दी भी पूजा करदे ने, विच बहुत वड्डे धर्मी आ। मलेच्छां दा धन खाण वाले, अपने ग्रंथां नूं पूजण वाले दोहरी जिंदगी नूं जीउ रहे ने। मलेच्छ धन ले पूजा पुराण, अपाख्या का कुट्ठा बखरा खाणा। अपाख्या मैंने दूजे की भाख्या, दूजे की बोली, इस्लामिक मत की बोली, भाव उन्हां दीआं कलमां दे पढ़िया होया कुट्ठा हलाल मास, कहन लगी वह खा लैंदे ने, उन्हां दा आहार खाणा हो गया है। अपाख्या का कुट्ठा बकरा खाणा, मुसलमान हाकमां नूं खुश करन दी खातर उन्हां दे कलमां दे पढ़े हुए हलाल नूं भी खा जांदे ने, पर घर आ के एडी सुचता दा विखावा करदे ने कि अपाख्या का कुट्ठा बकरा खाणा चौंके उपर किसे ना जाणा। साडे चौंके ते कोई नहीं आना चाहीदा, यह बड़ा पवित्र है। गो दे गोबर नाल पवित्र कीता है, आले दुआले लकीर भी खिंची हुई है, इहदे अंदर कोई ना आवे, चौंके उपर किसे ना जाणा। देख के चौंका कटी कार, कहन लगे चौंके नूं गो गोबर नाल लिप के आले दुआले कार भी खिंच दित्ती, लकीर खिंच दित्ती, अंदर वाली धरती सुची बाहर वाली झूठी। देख के चौंका कटी कार, उपर आए बैठे कुड़ियार। सतगुरु कहन लगे तू चौंका सुचा कीता, कूड़ उहदे उत्ते आके बह गया, तू कुड़ियार रूप होके आप ही चौंके नूं खराब कर दिता। तू आखदा सी चौंका सुचा, आप ही तू कूड़ रूप होके इस चौंके नूं बर्बाद कर बैठा। कदी हरिद्वार की धरती गुरु नानक साहब अमृत वेले उठे देखिया, सामने वैष्णव साध, उन्हें धरती देखी साफ है, सजरे पैरां दे निशान ते नहीं किसी दे लगे हुए। फिर उन्हें गो गोबर दे नाल लिपिया, गंगा जल विच भांडे धोते, लकड़ां धोतियां, गिल्लियां लकड़ां नूं फूकां मार मार सुकाया, भोजन रखिया। गुरु नानक साहब आखदे ने भाई मरदाना असीं भी भोजन तैयार कर लईए। कहन लगा जी राशन है अग नहीं, क्योंकि माचिस दा प्रचलन नहीं सी उदों। सतगुरु कहन लगे वो वैष्णव ने अग बाली, उन्हें तो छोटी जी चुआती मंग लिया, ऐवें बहुता भाबड़ ना बहुती मुढ़ ना लकड़ दी मंग लिया ने, कदों अगली दी लकड़ खराब करनी, छोटी जी चुआती लै आई, आपां फुका फाका मार के बाल लवांगे। ठीक, भाई मरदाना गए, चौंके च दाखल होए, आवाज दित्ती पंडित जी कृपा करो थोड़ी अग दे दिओ, भोजन पका लईए। उस ब्राह्मण ने मूंह घुमा के देखिया ते देखदिआं सार आखदा कौन है तू, लगा जी मैं मरदाना। तू ब्राह्मण वैष्णव साहब आखदा तेरा नां नहीं पुछिया, जो कौन है कही दा हुंदा ना उदों इहदा अर्थ हुंदा जात की है तेरी। इह साडे च भी गल्लां ने, कहिंदे कोंदे गुरसिख प्रकाश मंदाड़ा वड्डी सारी पग उपरों चौड़ा गात्रा देखो, ए पूरा जथेदार लगदा है,
ਤੇ ਦੂਜੇ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਪੁੱਛਦਾ ਫਿਰਦਾ ਹੁੰਦਾ ਹੈ, ਤੁਸੀਂ ਜੀ ਕੌਣ ਨੇ ਹੋ, ਖਾਲਸਾ ਜੀ ਤੁਹਾਡੀ ਜਾਤ ਕੀ ਹੈ, ਸਿੰਘ ਸਾਹਿਬ ਜੀ ਤੁਸੀਂ ਕੌਣ ਹੁੰਦੇ ਹੋ, ਨਾਲੇ ਸਿੱਖ ਕਹੀ ਜਾਣਾ ਨਾਲੇ ਖਾਲਸਾ ਕਹੀ ਜਾਣਾ ਨਾਲੇ ਜਾਤ ਪੁੱਛੀ ਜਾਣੀ। ਗਿਆਨੀ ਦੀਪ ਸਿੰਘ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਾਵਿ ਰੂਪ ਦੇ ਵਿੱਚ। ਕੌਣ ਸਿੱਖ ਹੁੰਦੇ ਹੋ ਭਾਈ ਜੀ? ਮੈਂ ਅਰੋੜਾ, ਇਹ ਹੈ ਨਾਈ। ਅਗਲਾ ਵਿਚਾਰਾ ਆਖਦਾ ਜੀ ਮੈਂ ਅਰੋੜੇ ਚੋਂ ਐ, ਨਾਈਆਂ ਦੇ ਘਰ ਵਿੱਚੋਂ ਜੀ ਸਿੱਖ ਬਣਿਆ। ਸਿੱਖ ਕਹਦਾ ਨਾਈ ਸਿੱਖ ਹੈ ਇਹ, ਬਲਕਿ ਇਹ ਕਿਹਾ ਜਾਂਦਾ। ਕੌਣ ਸਿੱਖ ਹੁੰਦੇ ਹੋ ਭਾਈ ਜੀ? ਮੈਂ ਅਰੋੜਾ, ਇਹ ਹੈ ਨਾਈ। ਤੇਰਾ ਜਨਮ ਕਿਹਨਾਂ ਦੇ ਘਰ ਦਾ? ਮੈਂ ਜੀ ਮਹਿਰਾ ਪਾਣੀ ਭਰਦਾ। ਤੇਰੀ ਸਿੰਘਾ ਕੀ ਜਾਤ? ਨਾਮੀ ਵੰਸ਼ ਮੈਂ ਹਾਂ ਭਰਾਤ ਜੀ, ਮੈਂ ਨਾਮਦੇਵ ਦੀ ਵੰਸ਼ ਵਿੱਚੋਂ ਛੀਬਾ ਵਾਂ ਜੀ ਮੈਂ। ਨਾਲੇ ਸਿੰਘ ਕਹੀ ਜਾਣਾ ਨਾਲੇ ਜਾਤ ਪੁੱਛੀ ਜਾਣੀ। ਅਗਲਾ ਸੋਚਦਾ ਕਾਹਨੂੰ ਸਿੱਖ ਬਣਿਆ, ਜਾਤ ਫਿਰ ਵੀ ਮਗਰੂ ਨੇ ਦਿੱਤੀ, ਕਿਉਂਕਿ ਬਾਣੀ ਨੇ ਤੇ ਕਿਹਾ ਸੀ ਸਤਿਗੁਰੂ ਮੇਰੀ ਜਾਤ ਗਵਾਈ। ਗੁਰੂ ਨੇ ਤੇ ਹੁਕਮ ਕੀਤਾ ਸੀ ਜਾਣੋ ਜੋਤ ਨਾ ਪੁੱਛੋ ਜਾਤੀ, ਇੱਥੇ ਜਾਤ ਪੁੱਛੀ ਜਾ ਰਹੀ ਹੈ। ਉਹ ਕੁਰੀਤੀਆਂ ਸਾਡੇ ਵਿੱਚ ਆ ਗਈਆਂ ਸੀ, ਕਿਸੇ ਦੂਜੇ ਨੂੰ ਕੀ ਕਹਿਣਾ ਹੈ। ਅੱਜ ਭਾਵੇਂ ਹਿੰਦੂ ਧਰਮ ਚ ਇੰਨੀ ਜਾਤ ਪਾਤ ਨਾ ਹੋਵੇ ਜਿੰਨੀ ਅੱਜ ਸਿੱਖਾਂ ਦੇ ਵਿੱਚ ਆ ਚੁੱਕੀ ਹੈ। ਜਦੋਂ ਬ੍ਰਾਹਮਣ ਨੇ ਪੁੱਛਿਆ ਤੇਰੀ ਜਾਤ ਪੁੱਛੀ ਹੈ, ਭਾਈ ਮਰਦਾਨਾ ਆਖਦੇ ਨੇ ਤੂੰ ਥੋੜੀ ਦੇਰ ਕਰ ਦਿੱਤੀ, ਸਤਿਗੁਰ ਮੇਰੀ ਜਾਤ ਗਵਾਈ, ਮੇਰੀ ਜਾਤ ਖਤਮ ਹੋ ਗਈ, ਕੋਈ ਜਾਤ ਮੈਂ ਇਨਸਾਨ ਆ, ਰੱਬ ਦਾ ਨੂਰ ਆ। ਕਹਿਣ ਲੱਗਾ ਆਖਿਰ ਤੇਰੇ ਪਿਓ ਦਾਦਿਆਂ ਨੂੰ ਕੋਈ ਕੁਛ ਕਹਿੰਦਾ ਹੀ ਹੋਣਾ ਹੈ ਨਾ। ਕਹਿਣ ਲੱਗੇ ਹਾਂ, ਉਹ ਲੋਕ ਮਰਾਸੀ ਕਹਿੰਦੇ ਸੀ। ਬਸ ਉਹਨੇ ਹੱਥ ਚ ਫੜੀ ਅੱਗ ਦੀ ਭੁੱਬਲ, ਮਾਰਨ ਵਾਸਤੇ ਦੌੜਿਆ ਭਾਈ ਮਰਦਾਨਾ, ਅੱਗੇ ਅੱਗੇ ਉਹ ਪਿੱਛੇ ਦੌੜਿਆ ਆਵੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਪਿੱਛੇ ਜੀ ਆ ਕੇ ਖੜ ਗਏ, ਸਤਿਗੁਰੂ ਬਚਾਓ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਤੈਨੂੰ ਅੱਗ ਦੀ ਚੁਆਤੀ ਲੈਣ ਭੇਜਿਆ ਸੀ। ਕਹਿਣ ਲੱਗਾ ਸਤਿਗੁਰੂ ਛੱਡੋ ਚੁਆਤੀ ਨੂੰ, ਉਹ ਦੇਖੋ ਸਾਹਮਣੇ ਪੂਰਾ ਭਾਬੜ ਦੌੜਿਆ ਆ ਰਿਹਾ, ਉਹਦੇ ਤੇ ਮੇਰਾ ਖੜਾ ਛੁੜਾਓ। ਬ੍ਰਾਹਮਣ ਗੁੱਸੇ ਚ ਭਰਿਆ ਕੀਤਾ ਦੌੜਿਆ ਆ ਰਿਹਾ, ਮੂੰਹ ਚ ਵੀ ਜ਼ਬਾਨ ਚ ਵੀ ਅੱਗ ਨਿਕਲਦੀ, ਬੋਲ ਕਬੋਲ ਬੋਲ ਰਿਹਾ, ਅੱਖਾਂ ਚ ਵੀ ਅੱਗ ਨਿਕਲਦੀ, ਹੱਥ ਵੀ ਅੱਗ ਦੀ ਭੁੱਬਲ ਖੜੀ। ਸਤਿਗੁਰੂ ਨੇ ਇਸ਼ਾਰਾ ਦੇਖ ਕੇ ਰੋਕਿਆ, ਪੰਡਿਤ ਜੀ ਜਰਾ ਰੁਕੋ, ਕੀ ਗੱਲ ਹੋ ਗਈ? ਕਹਿਣ ਲੱਗੇ ਇਸ ਨੀਚ ਨੇ ਮੇਰਾ ਚੌਂਕਾ ਪਿੱਟ ਦਿੱਤਾ। ਕਹਿਣ ਲੱਗੇ ਅੱਛਾ, ਚੌਂਕਾ ਸੁੱਚਾ ਕਿਵੇਂ ਕੀਤਾ? ਕਹਿਣ ਲੱਗਾ ਦੋ ਗੋਬਰ ਨਾਲ। ਸਤਿਗੁਰੂ ਕਹਿਣ ਲੱਗੇ ਕੀ ਹੋ ਗਿਆ ਤੇਰੀ ਮਤ ਨੂੰ? ਇੱਕ ਪਸ਼ੂ ਦੀ ਗੰਦਗੀ ਨੂੰ ਸੁੱਚਾ ਕਹਿੰਦੇ, ਰੱਬ ਦੇ ਇਨਸਾਨ ਨੂੰ ਤੂੰ ਝੂਠਾ ਕਹਿੰਦੇ? ਪਸ਼ੂ ਦੀ ਗੰਦਗੀ ਨੂੰ ਇਨਸਾਨ ਤੋਂ ਉੱਚਾ ਕਰਕੇ ਇਨਸਾਨ ਨੂੰ ਪਸ਼ੂ ਦੀ ਗੰਦਗੀ ਤੋਂ ਵੀ ਨੀਚਾ ਕਰ ਦਿੱਤਾ, ਜਿਹਨੂੰ ਭਗਤ ਕਬੀਰ ਨੇ ਕਹਿ ਦਿੱਤਾ ਗੋਬਰ ਝੂਠਾ, ਚੌਂਕਾ ਝੂਠਾ, ਜਿਹੜਾ ਮਾੜਾ ਮੋਟਾ ਸਾਹਿਬ ਸੀ ਉਹ ਵੀ ਝੂਠਾ ਕਰ ਬੈਠਾ, ਝੂਠੀ ਦੀਨੀ ਕਾਰਾ, ਕਹੋ ਕਬੀਰ ਤੇਈ ਨਾਲ ਸੂਚੇ ਸਾਚੀ ਬਣੀ ਵਿਚਾਰਾ। ਕਹਿੰਦੇ ਕਿ ਰੱਬ ਦੇ ਬਣਾਏ ਹੋਏ ਇਨਸਾਨ ਨੂੰ ਪਸ਼ੂ ਦੀ ਗੰਦਗੀ ਤੋਂ ਵੀ ਨੀਵਾ ਕਰ ਦਿੱਤਾ ਤੂੰ, ਇਹ ਦੱਸ ਤੇਰਾ ਚੌਂਕਾ ਜੇ ਸੁੱਚਿਆ ਤੇ ਜੂਠਾ ਕਿਵੇਂ ਹੁੰਦਾ? ਕਹਿਣ ਲੱਗਾ ਚਾਰ ਜਣੇ ਮੇਰੇ ਚੌਂਕੇ ਚ ਆ ਜਾਣ ਨਾਲ ਜੂਠਾ ਹੋ ਜਾਂਦਾ ਹੈ। ਕੋਈ ਚੰਡਾਲ ਆ ਜਾਵੇ, ਉਹਨੇ ਜਿਹੜਾ ਸ਼ਬਦ ਵਰਤਿਆ, ਕੋਈ ਡੂਮ ਆ ਜਾਵੇ, ਕੋਈ ਕਸਾਈ ਆ ਜਾਵੇ, ਇਹੋ ਜਿਹੇ ਲੋਕ ਆ ਜਾਣ ਨਾਲ ਮੇਰਾ ਚੌਂਕਾ ਜੂਠਾ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੱਛਾ, ਇਹ ਚਾਰ ਤੇ ਤੇਰੇ ਨਾਲ ਹੀ ਬੈਠੇ ਸੀ, ਅੰਦਰ ਅੰਦਰ ਬੈਠੇ, ਛੱਡ ਤੂੰ ਅਤੇ ਤੇਰੇ ਅੰਦਰ ਆਪਣੇ ਬੈਠੇ ਸੀਗੇ, ਚੌਂਕੇ ਦੇ ਅੰਦਰ ਨਹੀਂ, ਤੇਰੇ ਅੰਦਰ ਬੈਠੇ ਹੋਏ ਨੇ। ਕਹਿਣ ਲੱਗਾ ਉਹ ਕਿਵੇਂ? ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਡੂਮੜੀ ਦਾ ਕੀ ਕੰਮ ਹੈ? ਕਹਿਣ ਲੱਗਾ ਡੂਮਣੀ ਦੋ ਮਨਾਂ ਵਾਲੀ ਬਿਰਤੀ ਹੁੰਦੀ ਹੈ। ਸਤਿਗੁਰੂ ਕਹਿਣ ਲੱਗੇ ਉਹ ਤੇਰੇ ਵਿੱਚ ਹੈ ਡੂਮਣੀ, ਇਹ ਊਚ ਇਹ ਨੀਚ ਇਹ ਵਿਤਕਰਾ ਤੇਰੇ ਅੰਦਰ ਹੈ। ਕਸਾਈ ਦਾ ਕੀ ਕੰਮ ਹੁੰਦਾ ਹੈ? ਕਹਿਣ ਲੱਗਾ ਜੀ ਕਸਾਈ ਪਸ਼ੂਆਂ ਨੂੰ ਮਾਰਦਾ ਹੈ। ਸਤਿਗੁਰੂ ਕਹਿਣ ਲੱਗੇ ਉਹ ਪਸ਼ੂਆਂ ਨੂੰ ਮਾਰਦਾ, ਤੂੰ ਇਨਸਾਨਾਂ ਨੂੰ ਮਾਰਨ ਦੌੜਿਆ, ਮਰਦਾਨੇ ਨੂੰ ਮਾਰਨ ਦੌੜਿਆ, ਕਸਾਈ ਵਾਲਾ ਗੁਣ ਵੀ ਤੇਰੇ ਅੰਦਰ ਹੈ। ਇਹ ਦੱਸ ਚੂੜੀ ਦਾ ਕੀ ਕੰਮ ਹੈ? ਜਿਹੜੇ ਸਤਿਗੁਰੂ ਨੇ ਸ਼ਬਦ ਵਰਤੇ, ਹਾਲਾਂਕਿ ਜਾਤ ਪਾਤ ਸਿੱਖਾਂ ਵਿੱਚ ਵੀ ਆ ਗਈ ਹੈ, ਗੁਰੂ ਸਾਹਿਬ ਨੇ ਉਹਨੂੰ ਕੱਟਿਆ ਸੀ। ਕਹਿਣ ਲੱਗੇ ਜੀ ਸਾਡੇ ਘਰਾਂ ਦੀ ਗੰਦਗੀ ਸਾਫ਼ ਕਰਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਤੇ ਵਿਚਾਰੀ ਸਮਾਜ ਦੀ ਸੇਵਾ ਕਰ ਰਹੀ ਹੈ, ਤੂੰ ਜ਼ਬਾਨਾਂ ਲੰਜਾ ਚੁਗਲੀ ਦਾ ਗੰਦ ਇਕੱਠਾ ਕਰ ਰਹੀ ਹੈ, ਇਹ ਵੀ ਗੁਣ ਤੇਰੇ ਵਿੱਚ ਹੈ। ਦੱਸ ਇਹ ਦੱਸ ਚੰਡਾਲ ਕੀ ਕਰਦਾ? ਕਹਿਣ ਲੱਗਾ ਜੀ ਚੰਡਾਲ ਸ਼ਮਸ਼ਾਨ ਵਿੱਚ ਮੁਰਦਿਆਂ ਨੂੰ ਸਾੜਦਾ। ਸਤਿਗੁਰੂ ਕਹਿਣ ਲੱਗੇ ਉਹ ਤੇ ਦੁਨੀਆਂ ਦਾ ਭਲਾ ਕਰਦਾ, ਤੂੰ ਹੱਥ ਵਿੱਚ ਅੱਗ ਫੜ ਕੇ ਜਿਉਂਦੇ ਮਰਦਾਨੇ ਨੂੰ ਸਾੜਨ ਦੌੜੇ ਆ, ਤੇਰੇ ਤੋਂ ਵੱਡਾ ਚੰਡਾਲ ਕਿਹੜਾ ਹੋ ਸਕਦਾ ਹੈ? ਸਾਰੇ ਗੁਣ ਤੇਰੇ ਵਿੱਚ ਨੇ, ਲੋਕ ਵੀ ਤਬ ਤੱਕ ਇਕੱਠੇ ਹੋਏ, ਕੀ ਗੱਲ ਹੋਈ? ਸਤਿਗੁਰੂ ਨੇ ਕਿਹਾ ਮਰਦਾਨਿਆ ਹੁਣ ਛੇੜ ਰਬਾਬ। ਸਤਿਗੁਰੂ ਨੇ ਸੁਰੀਲੀ ਆਵਾਜ਼ ਵਿੱਚ ਸ਼ਬਦ ਗਾਇਆ, ਲੋਕ ਖਾਮੋਸ਼ ਹੋ ਗਏ। ਆਵਾਜ਼ ਦੇ ਕੇ ਕਿਹਾ ਸੀ ਉਸ ਬ੍ਰਾਹਮਣ ਨੂੰ ਕਿ ਬੁੱਧ ਡੂਮਣੀ ਕੁਦਯਾ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੜਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ।
ਆਦਿ ਨੂੰ ਦੱਸਾਂ ਕਾਰ ਕਿਹੋ ਜੀ ਕੱਢ ਸਤ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾ ਪੱਗ ਦਾ ਦੇ ਸਤ ਤੇਰੀ ਜ਼ਿੰਦਗੀ ਚ ਆ ਜਾਏ ਸੰਜਮ ਆ ਜਾਏ ਉੱਚੇ ਸੱਚਾ ਜੀਵਨ ਆਚਰਣ ਤੇਰਾ ਬਣ ਜਾਏ ਕੋਈ ਵਿਕਾਰ ਤੇਰੇ ਆਤਮਾ ਦੇ ਵਿੱਚ ਪੈਦਾ ਨਹੀਂ ਹੋ ਸਕੇਗਾ ਕੋਈ ਵਿਕਾਰ ਤੇਰੀ ਜ਼ਿੰਦਗੀ ਚ ਨਹੀਂ ਆਏਗਾ ਤੂੰ ਸੱਚਮੁੱਚ ਸੱਚਾ ਹੋ ਜਾਏਗਾ ਆਪਾਂ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਮੁਸਲਿਮ ਹਾਕਮਾਂ ਦਾ ਤੂੰ ਹਰਾਲ ਮੀਟ ਵੀ ਖਾਣ ਮਾਸ ਖਾਣ ਉਹਨਾਂ ਦਾ ਆਪਣੇ ਚੌਂਕੇ ਤੂੰ ਕਿਸੇ ਨੂੰ ਵੜਨ ਨਹੀਂ ਦਿੰਦਾ ਮੇਰਾ ਚੌਂਕਾ ਬਹੁਤ ਸੁੱਚਾ ਦੇਖਿਆ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੀ ਕੁੜੀਆਰ ਮਤ ਪਿਟੈ ਨੀ ਮਤ ਪਿਟੈ ਮਤਾ ਮੇਰਾ ਚੌਂਕਾ ਪਿਟਿਆ ਜਾਏ ਬੜਾ ਸੁੱਚਾ ਕੀਤਾ ਮੈਂ ਇਹ ਅੰਨ ਸਾਡਾ ਪਿਟੈ ਜੇ ਕਿਸੇ ਨੀਚ ਦਾ ਪਰਛਾਵਾਂ ਪੈ ਗਿਆ ਸਾਡਾ ਅੰਨ ਜਿਹੜਾ ਖਰਾਬ ਹੋ ਜਾਏਗਾ ਅਨਾਜ ਪਿਟਿਆ ਜਾਏਗਾ ਕੋਈ ਨੀਚ ਨਾ ਸਾਡੇ ਚੌਂਕੇ ਤੇ ਆਵੇ ਮਤ ਪਿਟੈ ਨੀ ਮਤ ਪਿਟੈ ਇਹ ਅੰਨ ਸਾਡਾ ਪਿਟੈ ਸਤਿਗੁਰੂ ਕਹਿਣਗੇ ਛੱਡੋ ਤਨ ਫਿੱਟ ਹੈ ਫੇੜ ਕਰੇਨ ਇਹਨਾਂ ਦੇ ਤਨ ਅਪਵਿੱਤਰ ਨੇ ਗਰੀਬ ਦਾ ਹੱਕ ਹੱਥ ਮਾਰਦੇ ਨੇ ਅੱਖਾਂ ਪਰ ਧਨ ਪਰ ਰੂਪ ਦੇਖਦੀਆਂ ਨੇ ਕੰਨ ਨਿੰਦਿਆ ਚੁਗਲੀ ਸੁਣਦੇ ਨੇ ਜ਼ਬਾਨ ਝੂਠ ਬੋਲਦੀ ਹੈ ਪੈਰ ਗਲਤ ਪਾਸੇ ਜਾਂਦੇ ਨੇ ਤਨ ਤੇ ਪਵਿੱਤਰ ਹੈ ਹੀ ਸੀ ਮਨ ਵੀ ਝੂਠੇ ਵਿਕਾਰਾਂ ਦੇ ਵਿੱਚ ਤਨ ਫਿੱਟ ਹੈ ਫੇੜ ਕਰੇਨ ਫੇੜ ਕਰੇਨ ਮੈਨੇ ਮੰਦੇ ਕਰਮ ਕਰ ਕਰਕੇ ਤਨ ਵੀ ਪਿੱਟਿਆ ਹੋਇਆ ਹੈ ਮਨ ਝੂਠਾ ਹੈ ਮਨ ਦੇ ਵੀ ਝੂਠੇ ਨੇ ਐਵੇਂ ਵਿਆਹ ਦੀਆਂ ਚੁਲੀਆਂ ਭਰਦੇ ਨੇ ਮਨ ਝੂਠਾ ਚੁਲੀ ਭਰੇਨ ਸਿਰਫ ਚੁਲੀਆਂ ਹੀ ਭਰਦੇ ਨੇ ਚੁਲੀਆਂ ਭਰਨ ਦੇ ਨਾਲ ਕੋਈ ਸੁੱਚਾ ਨਹੀਂ ਹੋ ਜਾਂਦਾ ਚੁਲੀਆਂ ਕਰਦੇ ਨਹੀਂ ਭਰਦੇ ਭਰੇਨ ਚੁਲੀ ਕਰਨ ਤੇ ਭਰਨ ਚ ਬੜਾ ਫਰਕ ਹੁੰਦਾ ਹੈ ਚੁਲੀ ਕੀਤੀ ਜਾਂਦੀ ਹੈ ਅਸੀਂ ਜ਼ਬਾਨ ਚ ਮੂੰਹ ਚ ਪਾਣੀ ਪਾ ਪੁਰਲੀ ਕਰ ਲੈਂਦੇ ਹਾਂ ਸੁੱਚੇ ਹੋ ਗਏ ਚੁਲੀ ਭਰਨਾ ਹੁੰਦਾ ਹੈ ਸਨਾਤਨ ਮਤ ਦੇ ਵਿੱਚ ਖੜੇ ਪਾਣੀ ਦੇ ਵਿੱਚ ਪਾਣੀ ਚ ਖਲੋ ਕੇ ਹੱਥ ਵਿੱਚ ਪਾਣੀ ਦੀ ਚੁਲੀ ਭਰ ਕੇ ਇੱਕ ਪ੍ਰਤਿਗਿਆ ਲਈ ਜਾਂਦੀ ਹੈ ਕਸਮ ਖਾਧੀ ਜਾਂਦੀ ਹੈ ਅੱਜ ਤੋਂ ਬਾਅਦ ਮੈਂ ਇਹ ਛੱਡਿਆ ਤੇ ਲੋਕ ਚੀਜ਼ਾਂ ਖਾਣ ਵਾਲੀਆਂ ਛੱਡ ਦਿੰਦੇ ਨੇ ਜਿਹੜੀਆਂ ਨਹੀਂ ਖਾਣੀਆਂ ਹੁੰਦੀਆਂ ਨਾ ਕਹਿ ਦਿੰਦੇ ਅੱਜ ਤੋਂ ਬਾਅਦ ਮੈਂ ਤੀਰਥ ਤੇ ਆਇਆ ਆਹ ਚੀਜ਼ ਖਾਣੀ ਛੱਡੀ ਜਾਂ ਮਹਿੰਗੀ ਤੋਂ ਮਹਿੰਗੀ ਚੀਜ਼ ਜਿਹੜੀ ਵੱਸ ਨਾ ਹੋਵੇ ਨਾ ਉਹ ਛੱਡੀ ਜਾਂਦੀ ਹੈ ਤੇ ਹੋਰ ਨਹੀਂ ਤੇ ਕਈ ਕੁਝ ਕਹਿ ਦਿੰਦੇ ਅਸੀਂ ਤੀਰਥ ਤੇ ਆਉਣਾ ਹੀ ਛੱਡਿਆ ਕੁਛ ਛੱਡਣਾ ਪੈਂਦਾ ਨਾ ਕੋਈ ਪ੍ਰਤਿਗਿਆ ਲੈਣੀ ਪੈਂਦੀ ਹੱਥ ਪਾਣੀ ਭਰ ਕੇ ਕਹਿੰਦੇ ਤੂੰ ਚੁਲੀ ਭਰੀ ਨਹੀਂ ਤੂੰ ਬ੍ਰਾਹਮਣ ਤਾਂ ਹੁੰਦਾ ਜੇ ਤੇਰੇ ਕੋਲ ਸੰਤੋਖ ਦੀ ਜੇ ਤੂੰ ਚੁਲੀ ਭਰਦਾ ਜੇ ਤੂੰ ਸੰਜੀਵੀ ਹੁੰਦਾ ਜੀਵਨ ਦੇ ਵਿੱਚ ਜੋਗੀ ਦੀ ਚੁਲੀ ਤਾਂ ਜੋਗੀ ਹੋਏਗਾ ਜੇ ਜਤ ਸਤ ਵਿੱਚ ਪੱਕਾ ਹੋਏਗਾ ਭਾਵ ਏਕਾ ਨਾਰੀ ਜਤੀ ਹੋਈ ਘਰ ਵਿੱਚ ਰਹਿ ਕੇ ਤੂੰ ਜਤੀ ਰਹਿ ਕੇ ਦਿਖਾਈ ਤਾਂ ਜੋਗੀ ਹੈ ਵਿਦਵਾਨ ਕਿਹੜਾ ਹੈ ਕਹਿਣ ਲੱਗੇ ਜਿਹਨੇ ਗਿਆਨ ਦੀ ਚੁਲੀ ਭਰੀ ਜਿਹਨੇ ਜ਼ਿੰਦਗੀ ਚ ਗਿਆਨ ਧਾਰਨ ਕਰ ਲਿਆ ਰਾਜੇ ਦੀ ਚੁਲੀ ਕਿਹੜੀ ਹੈ ਜੇ ਰਾਜਾ ਪ੍ਰਤਿਗਿਆ ਲਵੇ ਮੈਂ ਜ਼ਿੰਦਗੀ ਚ ਇਨਸਾਫ ਹੀ ਕਰਾਂਗਾ ਇਹ ਹੈ ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣੇ ਕੋਈ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਮ ਰਾਜੇ ਚੁਲੀ ਨਿਆਮ ਕੀ ਪੜਿਆ ਸਤ ਧਿਆਨ ਅਗਲੀ ਗੱਲ ਕਹਿਣ ਲੱਗੇ ਪਾਣੀ ਪੀਣ ਦੇ ਨਾਲ ਮੂੰਹ ਤੇ ਭਾਵੇਂ ਤ੍ਰੇਹ ਤੇ ਭਾਵੇਂ ਮਿਟ ਜਾਏ ਪਰ ਪਾਣੀ ਚਿੱਤ ਨਾ ਧੋ ਪਈ ਪਾਣੀ ਨੂੰ ਪੀਣ ਦੇ ਨਾਲ ਅੰਦਰ ਮਨ ਨਹੀਂ ਤੇਰਾ ਧੋਤਾ ਜਾਣਾ ਲੱਖ ਚੁਲੀਆਂ ਭਰੀ ਜਾਈ ਪਾਣੀ ਚਿੱਤ ਨਾ ਧੋ ਪਈ ਮੁੱਖ ਪੀਤਾ ਤਿੱਖ ਜਾਏ ਪਾਣੀ ਪੀਤਾ ਹੈ ਜਗਤ ਕਾ ਫਿਰ ਪਾਣੀ ਸਭ ਖਾਏ ਆਹ ਤੈਨੂੰ ਚੁਲੀ ਭਰਨੀ ਸਿਖਾਵਾਂ ਤੂੰ ਬਾਹਰੋਂ ਚੁਲੀਆਂ ਭਰਦਾ ਮਨ ਤੇਰਾ ਝੂਠਾ ਹੈ ਪਾਣੀ ਚਿੱਤ ਨਾ ਧੋ ਪਈ ਉਹਨੇ ਤੇਰੇ ਚਿੱਤ ਨੂੰ ਮਨ ਨੂੰ ਨਹੀਂ ਧੋਣਾ ਮਨ ਝੂਠਾ ਚੁਲੀ ਭਰੇਣ ਪੁੱਛਿਆ ਫਿਰ ਕੀ ਕਰੀਏ ਕਹਿਣਗੇ ਕਹੋ ਨਾਨਕ ਸੱਚ ਧਿਆਈ ਹੈ ਹੇ ਨਾਨਕ ਕਹਿ ਸੱਚ ਨੂੰ ਧਿਆ ਲਈ ਸੁੱਚ ਹੋਵੇ ਤਾਂ ਬਾਹਰੋਂ ਗੋਬਰ ਨਾਲ ਸੁੱਚ ਨਹੀਂ ਹੋਣੀ ਸੱਚ ਨੂੰ ਧਿਆ ਲਵੇ ਤਾਂ ਸੁੱਚ ਹੋਏਗੀ ਜੇ ਸੱਚ ਨੂੰ ਪਾ ਲਵੇ ਤਾਂ ਉਹ ਤੋਂ ਬਾਅਦ ਵਿਸਰਾਮ ਆਉਣਾ ਇੱਥੇ ਸੁੱਚ ਹੋਵੇ ਤਾਂ ਸੁੱਚ ਹੋਏਗੀ ਸੱਚ ਪਾਈਏ ਜੇ ਸੱਚ ਨੂੰ ਪਾ ਲਵੇ ਬਾਹਰੋਂ ਨਾਤਿਆਂ ਸੁੱਚਾ ਨਹੀਂ ਹੋ ਸਕਦਾ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਿਨ ਮਨ ਮਸਿਆ ਸੋਏ ਕਹੋ ਕਬੀਰ ਤੇਈ ਨਰ ਸੂਚੇ ਸਾਚੀ ਭਰੀ ਵਿਚਾਰਾ ਤਾਂ ਤੇਰੀ ਜ਼ਿੰਦਗੀ ਚ ਸੁੱਚ ਆਵੇ ਅੱਗੋ ਪੌੜੀ ਦੇ ਬਚਨ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਈਂਦਾ ਕਹਿੰਦੇ ਕਿ ਮਾਲਕ ਦੇ ਸਾਰੀ ਕਾਇਨਾਤ ਸਾਰੇ ਜੀਵ ਮਾਲਕ ਦੇ ਚਿੱਤ ਚੇਤੇ ਵਿੱਚ ਯਾਦ ਵਿੱਚ ਨੇ ਉਹ ਮਿਹਰ ਦੀ ਨਜ਼ਰ ਸਾਰਿਆਂ ਤੇ ਕਰਕੇ ਸਾਰਿਆਂ ਜੀਵਨ ਦੀ ਜ਼ਿੰਦਗੀ ਨੂੰ ਚਲਾਉਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਆਪ ਹੀ ਉਹ ਵਡਿਆਈਆਂ ਮਹਾਨਤਾ ਦਿੰਦਾ ਕਰਮ ਦੀ ਜੀਵਨ ਤੋਂ ਉਹ ਆਪ ਕਰਾਉਂਦਾ ਵੱਡੋਂ ਵੱਡਾ ਵੱਡ ਮੇਦਨੀ ਵੱਡਿਆਂ ਤੋਂ ਵੀ ਵੱਡਾ ਮਹਾਨ ਹੈ ਉਹਦੀ ਮੇਦਨੀ ਉਹਦੀ ਸ੍ਰਿਸ਼ਟੀ ਵੀ ਬੜੀ ਮਹਾਨ ਹੈ ਸਿਰੇ ਸਿਰ ਧੰਦੇ ਲਾਏਂਦਾ ਸਾਰਿਆਂ ਜੀਵਨ ਦੇ ਸਿਰ ਉਹਨੇ ਧੰਦੇ ਲਾਏ ਨੇ ਹਰ ਜੀਵ ਨੂੰ ਉਹਨੇ ਕੋਈ ਨਾ ਕੋਈ ਕੰਮ ਸੌਂਪਿਆ ਪਰ ਅਗਲੀ ਗੱਲ
नजर ते करद जिथे अंदर सब को वेख नजरी हेठ चलाइंदा सारे जीवों की नजर के थले ने सबना उपर नजर सब तेरी किसे थोड़ी किसे है कनेरी नजर सारे करद नजर अपुठी जे करे सुल्ताना कहल कराईदा नजर अपुठी रब ए नहीं करता भी किसी से नजर ना करे नजर सारे ते है अपुठी का मतलब यह नहीं भी रब भैड़ी नजर कर देंद वो तो किसी का माड़ा चाहता ही नहीं है जोड़ा रब का ना भी नाम जपी उन्होंने भी रोजी देई जाता है वो दोषा नहीं विचार बल्कि असी किसी लोड़वंद की मदद करते हुए सानू पता लग जाए ना वो नशे करते असं बंद कर देने मदद रब से हर पापी विकारी गुनाहगार रोजी देई जाता है पुठी शब्द नहीं इतने वो पुठी है उल्टे पास पुठी कि तू रब वाल पिट करके तुर पिया वो रब सूरज बन के ज्ञान की रोशनी दे जा रहा है पर तू ही पिट करके खड़ जाता है तेरे अगे हनेरा हो जाता है यह नजर अपुठी हो गई उल्टे पास्यों पुठी हो गई वो तो नजर कर रहा तू ही पिट करी बैठा है की होया जिदन रब की नजर वालों तू पिट घुमा लैंदा है सूरज वाल पिट कित्या तेरे अपने अगे हनेरा आ जाता है फिर भावे किड्डा ही वड्डा पातशाह क्यों ना होवे तेरी जिंदगी का मुल घा तो भी घट है नजर अपुठी जे करें सुल्ताना घ फराइंदा मालक वालों पिट कीतिया नजर भी होने वह सुल्ताना भी घा वर्गा हल्का कर दिंदा कखा हौला कर दिंदा इत्थे घा ही अर्थ नहीं है घा कख वर्गा हल्का कर दिंदा दर मंगण भिख ना पाइंदा हुण रब वल पिट कीती होवे लख लोटे लैके दरवाजे खड़ा रवे किवें भरे जाण भांडे ही पुठा कीता होया इहने भिख्या भी नहीं उहदे ते पैंदी कोट ते तिस जाकिया प्रभु नायक देंदे तोत नहीं भंडार उनके भांडे कछ ना समावे सुधे अमृत पवे निहार वो ते नजर करी जांदा तू पिट करके भांडा पुठा किया होया उहदी नजर किवें तेरी जिंदगी च आवे लख दरवाजे ते खड़ा रहे भांडा लैके भिख्या भी नहीं उहदे ते पै सकदी कहण तों भाव मालक नजर करदा है वेख नजरी हेठ चलाइंदा असी जदों उहदे वल्लों बेमुख हो जांदे आ फिर परमेश्वर ते भुल्लिया व्यापन सभी रोग जो असी उदे तो दूर हो जाने खसम विसार किए रस भोग तन उठ खलोए रोग सतगुरु कृपा कर असी भी परमेश्वर के नाम नाल जुड़ के जीवन सफल कर सकीए असी भी उस मालक नूं चेते कर सकीए चेतना है तो चेत लै निस दिन मैं प्राणी छिन छिन औद बिहात है फूटे कर जो पानी बेअंत भुला खिमा मिलके फतेह बुलाओ जी वाहिगुरु जी का खालसा वाह जी की फतेह।